ਸਰਕਾਰ ਦੇ ਜਿਹੜੇ ਪ੍ਰਬੰਧ ਆ ਉਹਨਾਂ ਦਾ ਥੋੜਾ ਜਿਹਾ ਜਾਇਜ਼ਾ ਲੈਣ ਦੇ ਲਈ। ਹਾਂਜੀ, ਸਰਕਾਰ ਦੇ ਜਿਹੜੇ ਪ੍ਰਬੰਧ ਆ ਉਹਨਾਂ ਦਾ ਥੋੜਾ ਜਿਹਾ ਜਾਇਜ਼ਾ ਲੈਣ ਦੇ ਲਈ, ਜਾਂ ਕਹਿ ਸਕਦੇ ਮੈਨੂੰ ਖੁਦ, ਮੇਰੀ ਪਿਛਲੇ 3 ਦਿਨ ਤੋਂ ਤਬੀਅਤ ਠੀਕ ਨਹੀਂ ਸੀ। ਮੇਰੇ ਮਦਰ ਖੜੇ ਆ, ਠੀਕ ਆ, ਇਹਨਾਂ ਦਾ ਵੀ ਗਲਾ ਪਿਛਲੇ ਕਾਫੀ ਦਿਨਾਂ ਤੋਂ ਠੀਕ ਨਹੀਂ ਸੀਗਾ, ਤੇ ਦਵਾਈ ਵੀ ਲਈ ਤੇ ਕੁਝ ਖਾਸ ਫਰਕ ਨਹੀਂ ਪਿਆ ਸਾਨੂੰ। ਔਰ ਮੈਂ ਇਸ ਟਾਈਮ ਖੜੀ ਆਂ ਕਰਤਾਰਪੁਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ। ਮੈਂ ਸੋਚਿਆ ਕਿ ਚਲੋ ਆਪਣਾ ਟੈਸਟ ਕਰਵਾ ਕੇ ਦੇਖ ਲੈਂਦੇ ਆ। ਹੁਣ ਮੈਂ ਇੱਥੇ 2 ਡਾਕਟਰਸ ਨੂੰ ਮਿਲੀ ਆ ਔਰ ਮੈਨੂੰ ਰਿਜ਼ਲਟ ਕੀ ਮਿਲਿਆ ਆ, ਸਰਕਾਰ ਦੇ ਜਿਹੜੇ ਮੈਂ ਪ੍ਰਬੰਧ ਦੱਸ ਰਿਹਾ, ਕੋਰਨਰ ਖਾਲੀ, ਕਹਿੰਦੇ ਜੀ ਸਾਰਾ ਲੋਕਡਾਊਨ ਆ। ਠੀਕ ਆ, ਇੱਕ ਪੇਸ਼ੈਂਟ ਤੁਹਾਡੇ ਕੋਲ ਆ ਰਿਹਾ ਆ, ਉਹ ਕਹਿ ਰਿਹਾ ਕਿ ਮੈਂ ਆਪਣਾ ਕੋਰੋਨਾ ਦਾ ਟੈਸਟ ਕਰਵਾਉਣਾ ਆ, ਔਰ ਹਸਪੀਟਲ ਵਾਲੇ ਮੈਨੂੰ ਇਹ ਗੱਲ ਕਹਿ ਰਹੇ ਆ ਕਿ ਤੁਸੀਂ ਇੱਥੋਂ ਨਹੀਂ, ਕੋਰੋਨਾ ਵਾਇਰਸ ਅੰਮ੍ਰਿਤਸਰ ਤੋਂ ਟੈਸਟ ਹੋਣਾ ਆ। ਈਵਨ ਦੈਟ ਕੀ ਕਹਿੰਦੇ ਜਲੰਧਰ ਸਿਵਲ ਹਸਪੀਟਲ ਚੋਂ ਵੀ ਇਹਦਾ ਜਿਹੜਾ ਟੈਸਟ, ਮੈਨੂੰ ਕਹਿੰਦੇ ਜੀ ਤੁਸੀਂ ਬਾਹਰੋਂ ਆਏ ਆ। ਮੈਂ ਕਿਹਾ ਸਰ ਉਹ ਗੱਲ ਮੈਟਰ ਨਹੀਂ ਕਰਦੀ, ਹੋ ਸਕਦਾ ਜਿਹੜੇ ਲੋਕ ਬਾਹਰੋਂ ਆਏ ਹੋਣ ਅਸੀਂ, ਮੈਂ ਉਹਨਾਂ ਨੂੰ ਮਿਲੀ ਹੋਵਾਂ, ਮੈਂ ਇੱਕ ਜਸਟ ਆਪਣਾ ਸੈਟੀਸਫੈਕਸ਼ਨ ਦੇ ਲਈ ਟੈਸਟ ਕਰਵਾਉਣ ਆਈ ਸੀ। ਸਿਚੁਏਸ਼ਨ ਦੇਖ ਲਓ ਜੀ, ਸਰਕਾਰੀ ਹਸਪੀਟਲਾਂ ਦਾ ਹਾਲ ਦੇਖ ਲਓ, ਤੁਹਾਡਾ ਜਿਹੜਾ ਕੋਰੋਨਾ ਟੈਸਟ ਕਰਨ ਦੇ ਵੀ ਇੱਥੇ ਅਰੇਂਜਮੈਂਟ ਨਹੀਂ ਹੈਗੇ, ਤੇ ਸਰਕਾਰ ਦੇ ਜਿਹੜੇ ਪ੍ਰਬੰਧ ਆ ਉਹਨਾਂ ਦਾ ਥੋੜਾ ਜਿਹਾ ਜਾਇਜ਼ਾ ਲੈਣ ਦੇ ਲਈ। ਹਾਂਜੀ, ਸਾਰਿਆਂ ਨੂੰ, ਫੇਸਬੁੱਕ ਫੈਮਿਲੀ ਨੂੰ ਜੈ ਭੀਮ, ਜੈ ਭਾਰਤ। ਸਰਕਾਰ ਦੇ ਜਿਹੜੇ ਪ੍ਰਬੰਧ ਆ ਉਹਨਾਂ ਦਾ ਥੋੜਾ ਜਿਹਾ ਜਾਇਜ਼ਾ ਲੈਣ ਦੇ ਲਈ, ਜਾਂ ਕਹਿ ਸਕਦੇ ਮੈਨੂੰ ਖੁਦ, ਮੇਰੀ ਪਿਛਲੇ 3 ਦਿਨ ਤੋਂ ਤਬੀਅਤ ਠੀਕ ਨਹੀਂ ਸੀ। ਔਰ ਮੈਂ, ਤੁਸੀਂ ਸੋਸ਼ਲ ਸਾਈਟਸ ਤੇ ਸਾਰੇ ਪਾਸੇ ਦੇਖਿਆ ਹੋਣਾ ਸਰਕਾਰ ਦੀ ਜਿਹੜੀ ਆ, ਜਿਹੜੇ ਤੁਹਾਨੂੰ ਸਰਕਾਰ ਦੱਸਦੀ ਆ ਨਿਯਮ, ਉਹਨਾਂ ਦੀ ਪਾਲਣਾ ਕਰੋ, ਇਹ ਕਰੋ, ਵੋ ਕਰੋ। ਮੇਰੇ ਮਦਰ ਖੜੇ ਆ, ਠੀਕ ਆ, ਇਹਨਾਂ ਦਾ ਵੀ ਗਲਾ ਪਿਛਲੇ ਕਾਫੀ ਦਿਨਾਂ ਤੋਂ ਠੀਕ ਨਹੀਂ ਸੀਗਾ, ਤੇ ਦਵਾਈ ਵੀ ਲਈ ਤੇ ਕੁਝ ਖਾਸ ਫਰਕ ਨਹੀਂ ਪਿਆ ਸਾਨੂੰ। ਔਰ ਮੈਂ ਇਸ ਟਾਈਮ ਖੜੀ ਆਂ ਕਰਤਾਰਪੁਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ। ਮੈਂ ਸੋਚਿਆ ਕਿ ਚਲੋ ਆਪਣਾ ਟੈਸਟ ਕਰਵਾ ਕੇ ਦੇਖ ਲੈਂਦੇ ਆ, ਹੋ ਸਕਦਾ ਜਿਹੜਾ ਆ ਕਿ ਮਤਲਬ ਮੰਡੀ ਤੋਂ ਸਮਾਨ ਸਮੂਨ ਲੈ ਕੇ ਆਉਂਦੇ ਆ, ਕੋਈ ਪ੍ਰੋਬਲਮ ਨਾ ਹੋਵੇ। ਔਰ ਮੈਂ ਇੱਥੇ 2 ਡਾਕਟਰਸ ਨੂੰ ਮਿਲੀ ਆ ਔਰ ਮੈਨੂੰ ਰਿਜ਼ਲਟ ਕੀ ਮਿਲਿਆ ਆ, ਸਰਕਾਰ ਦੇ ਜਿਹੜੇ ਮੈਂ ਪ੍ਰਬੰਧ ਦੱਸ ਰਹੀ ਆ ਤੁਹਾਨੂੰ ਕੋਰੋਨਾ ਵਾਇਰਸ ਨੂੰ ਲੈ ਕੇ, ਮੈਨੂੰ ਕੀ ਰਿਜ਼ਲਟ ਮਿਲਿਆ, ਕੋਰਨਰ ਖਾਲੀ, ਕਹਿੰਦੇ ਜੀ ਸਾਰਾ ਲੋਕਡਾਊਨ ਆ। ਠੀਕ ਆ, ਇੱਕ ਪੇਸ਼ੈਂਟ ਤੁਹਾਡੇ ਕੋਲ ਆ ਰਿਹਾ ਆ, ਉਹ ਕਹਿ ਰਿਹਾ ਕਿ ਮੈਂ ਆਪਣਾ ਕੋਰੋਨਾ ਦਾ ਟੈਸਟ ਕਰਵਾਉਣਾ ਆ, ਔਰ ਹਸਪੀਟਲ ਵਾਲੇ ਮੈਨੂੰ ਇਹ ਗੱਲ ਕਹਿ ਰਹੇ ਆ ਕਿ ਤੁਸੀਂ ਇੱਥੋਂ ਨਹੀਂ, ਕੋਰੋਨਾ ਵਾਇਰਸ ਅੰਮ੍ਰਿਤਸਰ ਤੋਂ ਟੈਸਟ ਹੋਣਾ ਆ। ਈਵਨ ਦੈਟ ਕੀ ਕਹਿੰਦੇ ਜਲੰਧਰ ਸਿਵਲ ਹਸਪੀਟਲ ਚੋਂ ਵੀ ਇਹਦਾ ਜਿਹੜਾ ਟੈਸਟ ਆ ਉਹ ਤੁਹਾਨੂੰ ਨਹੀਂ ਹੋਣਾ ਹੈਗਾ। ਮੈਨੂੰ ਕਹਿੰਦੇ ਜੀ ਤੁਸੀਂ ਬਾਹਰੋਂ ਆਏ ਆ। ਮੈਂ ਕਿਹਾ ਸਰ ਉਹ ਗੱਲ ਮੈਟਰ ਨਹੀਂ ਕਰਦੀ, ਹੋ ਸਕਦਾ ਜਿਹੜੇ ਲੋਕ ਬਾਹਰੋਂ ਆਏ ਹੋਣ ਅਸੀਂ, ਮੈਂ ਉਹਨਾਂ ਨੂੰ ਮਿਲੀ ਹੋਵਾਂ, ਮੈਂ ਇੱਕ ਜਸਟ ਆਪਣਾ ਸੈਟੀਸਫੈਕਸ਼ਨ ਦੇ ਲਈ ਟੈਸਟ ਕਰਵਾਉਣ ਆਈ ਸੀ, ਮੈਂ ਔਰ ਮੇਰੇ ਮਦਰ, ਅਸੀਂ ਦੋਨੋਂ ਆਏ ਸੀਗੇ। ਔਰ ਕਰੰਟ ਸਿਚੁਏਸ਼ਨ ਦੇਖ ਲਓ ਜੀ, ਸਰਕਾਰੀ ਹਸਪੀਟਲਾਂ ਦਾ ਹਾਲ ਦੇਖ ਲਓ, ਤੁਹਾਡਾ ਜਿਹੜਾ ਕੋਰੋਨਾ ਟੈਸਟ ਕਰਨ ਦੇ ਵੀ ਇੱਥੇ ਅਰੇਂਜਮੈਂਟ ਨਹੀਂ ਹੈਗੇ, ਤੇ ਇਨ ਕੇਸ ਜੇ ਸਾਡੇ ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਫੈਲ ਗਿਆ, ਕਿੱਥੋਂ ਕਾਬੂ ਪਾਲਣਗੇ ਇਹ ਲੋਕ? 2 ਡਾਕਟਰਸ ਦੇ ਨਾਲ ਮਿਲੀ ਆ, ਪਹਿਲੇ ਡਾਕਟਰ ਨੇ ਕਿਹਾ ਜੀ ਅੰਮ੍ਰਿਤਸਰ ਜਾਓ, ਪਟਿਆਲੇ ਜਾਓ ਜਾਂ ਤਰਨ ਤਾਰਨ ਜਾਓ। ਇੱਕ ਆਮ ਬੰਦਾ ਜਿਹੜਾ ਆ ਉਹ ਪਹਿਲਾਂ ਅੰਮ੍ਰਿਤਸਰ ਜਾਵੇ ਜਾਂ ਤਰਨ ਤਾਰਨ ਜਾਂ ਪਟਿਆਲੇ ਜਾਵੇ ਜਸਟ ਫੋਰ ਕੀ, ਆਪਣੇ ਇੱਕ ਕੋਰੋਨਾ ਟੈਸਟ ਦੇ ਲਈ? ਇਹ ਫਿਰ ਸਰਕਾਰੀ ਹਸਪੀਟਲ ਕਿਸ ਕਰਕੇ ਬਣੇ? ਮੈਂ ਇਹਨਾਂ ਨੂੰ ਸਪੈਸ਼ਲ ਦੱਸਿਆ, ਮੈਂ ਕਿਹਾ ਸਰ ਵੀ ਮੈਨੂੰ ਡਾਊਟ ਆ, ਮੈਂ ਆਪਣੀ ਮਦਰ ਨੂੰ ਨਾਲ ਲੈ ਕੇ ਆਈ ਆ, ਪਿਛਲੇ 3 ਦਿਨ ਤੋਂ ਉਹਨਾਂ ਦੀ ਤਬੀਅਤ ਠੀਕ ਨਹੀਂ ਸੀਗੀ, ਮੈਂ ਸੋਚਿਆ ਕਿ ਚਲੋ ਕੋਰੋਨਾ ਵਾਇਰਸ ਦਾ ਟੈਸਟ ਕਰਵਾ ਲਾਂਦੇ। ਔਰ ਕਰੰਟ ਸਿਚੁਏਸ਼ਨ ਦੇਖ ਲਓ ਤੁਸੀਂ, ਸਰਕਾਰੀ ਹਸਪੀਟਲਾਂ ਦੀ ਜਨਤਾ ਤੁਹਾਡਾ ਸਾਥ ਦੇ ਰਹੀ ਹੈ ਪ੍ਰੋਪਰ, ਪਰ ਤੁਸੀਂ ਜਨਤਾ ਦੇ ਲਈ ਕੀ ਕਰ ਰਹੇ ਹੋ? ਤੁਹਾਡੇ ਦਾ ਮਤਲਬ ਸਰਕਾਰੀ ਹਸਪੀਟਲਾਂ ਦੇ ਵਿੱਚ ਇੱਕ ਟੈਸਟ ਦੀ ਫੈਸਿਲਿਟੀਜ਼ ਵੀ ਨਹੀਂ ਹੈਗੀ, ਇੱਕ ਕੋਰੋਨਾ ਦਾ ਟੈਸਟ ਵੀ ਨਹੀਂ ਕਰ ਸਕਦੇ ਤੁਸੀਂ ਲੋਕ? ਸ਼ਰਮ ਆਉਂਦੀ ਇਹੋ ਜਿਹੇ ਗੰਦੇ ਸਿਸਟਮ ਤੇ ਔਰ ਇਹੋ ਜਿਹੀ ਗੰਦੀ ਸਰਕਾਰ ਦੇ ਉੱਤੇ ਜਾਣ ਨੂੰ। ਮੈਂ, ਕਹਿੰਦੇ ਜੀ ਪ੍ਰਾਈਵੇਟ ਦੇ ਵਿੱਚ ਚਲੇ ਜਾਓ, ਉੱਥੋਂ ਹੋ ਜਾਏਗਾ। ਔਰ ਇੱਥੇ ਮੈਂ ਮਤਲਬ ਜਿਹੜੇ ਕੰਮ ਕਰਦੇ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਆਂਟੀ ਜੀ ਮੈਂ ਤਾਂ ਗਰਾਊਂਡ ਮਤਲਬ ਦੇਖਣ ਆਈ ਸੀਗੀ, ਕਿਉਂਕਿ ਮੇਰੇ ਮਦਰ ਠੀਕ ਨਹੀਂ ਹੈਗੇ, ਸਾਨੂੰ 36 ਸਵਾਲ ਪੁੱਛੇਗੇ ਕਿ ਤੁਸੀਂ ਬਾਹਰੋਂ ਆਏ ਆ।
ਤੁਸੀਂ ਮਤਲਬ ਜਿਹੜੇ ਬਾਹਰੋਂ ਆਏ ਉਹਨਾਂ ਨੂੰ ਹੁੰਦਾ, ਜਿਹੜੇ ਇੱਥੇ ਦੇ ਲੋਕ ਉਹਨਾਂ ਨੂੰ ਹੁੰਦਾ ਨਹੀਂ ਹੈਗਾ। ਜੇ ਸਾਨੂੰ ਡਾਊਟ ਆ, ਅਸੀਂ ਮੰਡੀ ਦੇ ਵਿੱਚ ਸਮਾਨ ਲੈਣ ਮਤਲਬ ਕੋਈ ਵੀ ਇਨਸਾਨ ਜਾਂਦਾ ਆ ਜਾਂ ਅੱਗੇ ਆਇਆ ਜਾਂ ਲੈ ਕੇ ਆਇਆ ਆ, ਉੱਥੇ ਹਜ਼ਾਰਾਂ ਦੀ ਭੀੜ ਦੇ ਵਿੱਚ ਜੇ ਕਿਸੇ ਨੇ ਮਤਲਬ ਹੁਣ ਲੋਕੀ ਸਬਜ਼ੀ ਲੈਂਦੇ ਆ, ਉਹ ਰੇਹੜੀ ਤੋਂ ਸਬਜ਼ੀ ਲੈ ਕੇ, ਜ਼ਰੂਰੀ ਥੋੜੀ ਨਾ ਕਿ ਉਹੀ ਸਬਜ਼ੀ ਆਪਣੇ ਲੈ ਆਉਂਦੇ ਆ ਘਰ ਨੂੰ। 36 ਲੋਕ ਹੁੰਦੇ ਜਿਹੜੇ ਚੈੱਕ ਕਰਕੇ ਉੱਥੇ ਰੱਖ ਦਿੰਦੇ ਆ, ਤੇ ਤੁਹਾਡੇ ਸਾਡੇ ਵਰਗੇ ਲੋਕ ਫਿਰ ਉਹ ਸਬਜ਼ੀਆਂ ਖਰੀਦਦੇ ਆ ਲੈ ਲੈਂਦੇ ਆ, ਠੀਕ ਹੈ। ਤੇ ਜ਼ਰੂਰੀ ਨੀ ਜਿਹੜੇ ਬਾਹਰੋਂ ਆਏ ਆ ਉਹਨਾਂ ਨੂੰ ਹੀ ਕੋਰੋਨਾ ਵਾਇਰਸ ਆ। ਔਰ ਕਰੰਟ ਸਿਚੁਏਸ਼ਨ ਦੇਖ ਲਓ ਹਸਪਤਾਲਾਂ ਦੀ, ਕਿ ਹਸਪਤਾਲਾਂ ਦੇ ਵਿੱਚ ਇਸ ਟਾਈਮ ਕੋਰੋਨਾ ਟੈਸਟ ਵੀ ਅਵੇਲੇਬਲ ਨਹੀਂ ਹੈਗਾ, ਤੁਸੀਂ ਟੈਸਟ ਵੀ ਕਰਵਾ ਨਹੀਂ ਸਕਦੇ ਕੋਰੋਨਾ ਦਾ। ਮੇਰੀ ਖੁਦ ਤਬੀਅਤ ਪਿਛਲੇ 2-3 ਦਿਨ ਤੋਂ ਠੀਕ ਨਹੀਂ ਸੀਗੀ, ਮੈਂ ਦਵਾਈ ਖਾਧੀ ਤੇ ਮੈਨੂੰ ਕੁਝ ਫਰਕ ਪੈ ਗਿਆ, ਲੇਕਿਨ ਮੇਰੀ ਮੰਮੀ ਨੂੰ ਥੋੜਾ ਠੀਕ ਪ੍ਰੋਬਲਮ ਹੋ ਗਈ। ਨਹੀਂ ਵੀ ਮੈਂ ਪਹਿਲਾਂ ਤਾਂ 50 ਵਾਰ ਤਾਂ ਮੈਂ ਐਂਬੂਲੈਂਸ ਵਾਲਿਆਂ ਦਾ ਨੰਬਰ ਟਰਾਈ ਕੀਤਾ, ਉਹਨਾਂ ਦਾ ਨੰਬਰ ਨਹੀਂ ਲੱਗਾ। ਦੈਨ ਮੈਂ ਹੈਲਥ ਡਿਪਾਰਟਮੈਂਟ ਦੇ ਨੰਬਰ ਜਿਹੜੇ ਸੋਸ਼ਲ ਸਾਈਟਸ ਦੇ ਉੱਤੇ ਸਾਰੇ ਪਾਸੇ ਵਾਇਰਲ ਕਰ ਰਹੇ ਆ, ਇੱਥੋਂ ਦੇ SMO ਦਾ ਆਹ ਨੰਬਰ, ਇੱਥੋਂ ਦੇ SMO ਦਾ ਆਹ ਨੰਬਰ, ਕੋਈ ਵੀ ਨੰਬਰ ਜਿਹੜਾ ਆ ਉਹਨਾਂ ਦੇ ਵਿੱਚੋਂ ਨਹੀਂ ਲੱਗਿਆ। ਔਰ ਜੇ ਲੱਗਦਾ ਹੀ ਲੱਗਦਾ ਕੋਈ ਚੱਕਦਾ ਨਹੀਂ। ਆਹ ਤੁਸੀਂ ਮਤਲਬ ਜਨਤਾ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਤੁਹਾਨੂੰ CM PM ਦੇ ਕੁਰਸੀਆਂ ਤੇ ਬਿਠਾਇਆ, ਆਹ ਤੁਸੀਂ ਉਹਨਾਂ ਦੇ ਹਾਲਾਤ ਕਰ ਰਹੇ ਹੋ। ਹਲੇ ਤਾਂ ਭਾਰਤ ਦੇ ਵਿੱਚ ਕੋਰੋਨਾ ਮਤਲਬ ਕਿ ਆਇਆ ਹੀ ਨਹੀਂ ਹੈਗਾ, ਬਹੁਤ ਘੱਟ ਰੀਅਰ ਕੇਸਿਸ ਆ ਰਹੇ ਆ। ਤੇ ਹਸਪੀਟਲਸ ਨੂੰ ਜਿਨ੍ਹਾਂ ਨੂੰ ਤਿਆਰੀ ਕਰਕੇ ਬੈਠੇ ਰਹਿਣਾ ਚਾਹੀਦਾ ਸੀਗਾ, ਕਿ ਜਿਨ੍ਹਾਂ ਨੂੰ ਈਵਨ ਦੈਟ ਕਿ ਲੋਕਾਂ ਦੇ ਟੈਸਟ ਆਪ ਕਰਨੇ ਚਾਹੀਦੇ ਸੀ, ਉਹ ਹਸਪੀਟਲ ਵਾਲਿਆਂ ਦੇ ਕੋਲ ਜੋ ਕਿ ਪੇਸ਼ੈਂਟ ਚੱਲ ਕੇ ਜਾਂਦਾ, ਤੇ ਉਹ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਤਰਨ ਤਰਨ ਜਾਓ, ਤੁਸੀਂ ਅੰਮ੍ਰਿਤਸਰ ਜਾਓ, ਤੁਸੀਂ ਪਟਿਆਲੇ ਜਾਓ। ਇੱਕ ਆਮ ਦਿਹਾੜੀਦਾਰ ਬੰਦਾ ਜਿਹੜਾ ਵਿਚਾਰਾ 100-200 ਰੁਪਇਆ ਕਮਾਉਂਦਾ ਆ, ਉਹ 500-700 ਰੁਪਇਆ ਕਿਰਾਇਆ ਲਾ ਕੇ ਦੂਜੀ ਐਡੀ ਐਡੀ ਦੂਰ ਦੱਸੋ ਕਿੱਦਾਂ ਜਾਵੇ। ਕਿੰਨੀ ਸ਼ਰਮ ਦੀ ਗੱਲ ਆ। ਡਾਕਟਰਾਂ ਨੇ ਕੋਈ ਸੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੇਰੇ ਮਦਰ ਦਾ ਪਿਛਲੇ 3 ਦਿਨ ਤੋਂ ਮਤਲਬ ਨਹੀਂ, ਗਲਾ ਪ੍ਰੋਪਰ ਨਹੀਂ ਵਰਕ ਕਰ ਰਿਹਾ, ਦਵਾਈ ਖਾਧੀ ਆ। ਆ ਮੇਰੇ ਮਤਲਬ ਮੰਮੀ ਵੀ ਮੇਰੇ ਨਾਲ ਆ, ਇਹਨਾਂ ਨੂੰ ਪੁੱਛ ਲਓ ਕਿ ਉਹਨਾਂ ਨੇ ਕੀ ਕਿਹਾ ਡਾਕਟਰਾਂ ਨੇ। ਮੰਮੀ ਜਦੋਂ ਆਪਾਂ ਗਏ ਉਹਨਾਂ ਦੇ ਕੋਲ ਡਾਕਟਰਾਂ ਦੇ ਕੋਲ, ਕੀ ਕਹਿੰਦੇ ਉਹ ਡਾਕਟਰ? ਇਹ ਕਹਿੰਦੇ ਵੀ ਇੱਥੇ ਨਹੀਂ ਹੈਗਾ, ਮਤਲਬ ਕਹਿੰਦੇ ਟੈਸਟ ਹੈ ਨਹੀਂ ਗਾ, ਤੇ ਕਹਿੰਦੇ ਜਿਹੜੇ ਕਹਿੰਦੇ ਬਾਹਰੋਂ ਆਏ ਉਹਨੂੰ ਟੈਸਟ ਕਰਦੇ ਆ, ਪ੍ਰਾਈਵੇਟ ਚ ਚਲ ਜਾਓ ਹਨਾ, ਤੇ ਜਾ ਕਹਿੰਦੇ ਜਲੰਧਰ ਚਲ ਜਾਓ। ਦੋ ਡਾਕਟਰ ਕਹਿੰਦੇ ਟੈਗੋਰ ਹਸਪੀਟਲ, ਪਤਾ ਨੀ ਕਿਹੜਾ ਪਰੂਥੀ ਹਸਪੀਟਲ, ਕਿਹੜੇ ਹਸਪੀਟਲ ਦਾ ਨਾਮ ਲਿਆ, ਕਹਿੰਦੇ ਉੱਥੇ ਚਲ ਜਾਓ, ਉੱਥੇ ਤੁਹਾਡਾ ਟੈਸਟ ਹੋਊਗਾ। ਇੱਕ ਜਿਹੜੇ ਆਮ ਵਰਕਰ ਆ, ਇਹਨਾਂ ਦਾ ਤਾਂ ਫਰਜ਼ ਬਣਦਾ ਸੀ ਜਿਨ੍ਹਾਂ ਲੋਕਾਂ ਨੂੰ ਮਤਲਬ ਜਿਨ੍ਹਾਂ ਦੇ ਵਿੱਚ ਸਿਮਟਮਸ ਹੈਗੇ ਉਹਨਾਂ ਨੂੰ ਘਰ ਤੋਂ ਆ ਕੇ ਲੈ ਕੇ ਜਾਂਦੇ, ਤੇ ਇਹ ਲੋਕ ਜਿਹੜੇ ਆ ਕਿ ਮਤਲਬ ਹਸਪੀਟਲ ਆਏ ਬੰਦਿਆਂ ਨੂੰ ਮੋੜ ਰਹੇ ਆ ਕਿ ਟੈਸਟ ਨਹੀਂ ਕਰਵਾਉਣਾ, ਇੱਥੇ ਮਤਲਬ ਫੈਸਿਲਿਟੀ ਹੈ ਨੀ। ਕਿੰਨੀ ਸ਼ਰਮ ਦੀ ਗੱਲ ਆ। ਇਹ ਆ ਸਾਡੇ ਗਰਾਊਂਡ ਦੀ ਰਿਪੋਰਟ ਇਸ ਟਾਈਮ, ਇਹ ਆ ਸਾਡੇ। ਔਰ ਆਹ ਜਿਹੜਾ ਇਕੱਲੇ ਇੱਥੇ ਦੇ ਕਰਤਾਰਪੁਰ ਦੇ ਹਸਪੀਟਲ ਦਾ ਹਾਲ ਨਹੀਂ, ਤੁਸੀਂ ਬੇਸ਼ੱਕ ਤੁਹਾਨੂੰ ਨਹੀਂ ਵੀ ਹੈਗਾ ਨਾ, ਤੁਸੀਂ ਬੇਸ਼ੱਕ ਜਾ ਕੇ ਆਪਣੇ ਗਰਾਊਂਡ ਦੇ ਹਾਲਾਤ ਚੈੱਕ ਕਰੋ, ਗਰਾਊਂਡ ਰਿਪੋਰਟ ਦੇਖੋ। ਮੇਰਾ ਤਾਂ ਹੁਣ ਮਨ ਕਰਦਾ ਪਹਿਲਾਂ ਮੈਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਾ ਕੇ ਪੁੱਛਾਂ ਕਿ ਇੱਥੇ ਇੱਕ ਟੈਸਟ ਕਰਨ ਦੀ ਕੋਈ ਮਤਲਬ ਡਾਕਟਰ ਟੈਸਟ ਕਰਨ ਦੇ ਅਵੇਲੇਬਲ ਨਹੀਂ ਹੈਗੇ ਕੋਈ ਵੀ। ਲੋਕੀ ਆਉਂਦੇ ਆ ਕੇ ਮੁੜੀ ਜਾ ਰਹੇ ਆ, ਬੇਵਕੂਫ ਆ ਲੋਕੀ। ਇੱਕ ਪਾਸੇ ਤੁਸੀਂ ਰੋਲਾ ਪਾ ਰਹੇ, ਸਰਕਾਰ ਤਾਂ ਨਾ ਪ੍ਰੋਪਰ ਕੰਪਰੋਮਾਈਜ਼ ਕਰ ਰਹੀ, ਕੰਪਰੋਮਾਈਜ਼ ਕਰ ਰਹੀ। ਕੀ ਸਰਕਾਰ ਕਰ ਰਹੀ ਤੁਹਾਡੇ ਨਾਲ ਕੰਪਰੋਮਾਈਜ਼? ਟੋਟਲੀ ਹਸਪੀਟਲ ਖਾਲੀ ਆ, ਕੋਈ ਇੱਥੇ ਜੀ ਕਿਸੇ ਦਾ ਟੈਸਟ ਨਹੀਂ ਕਰ ਰਿਹਾ। ਆਇਆ ਜੇ ਕੋਈ ਆਇਆ, ਸਾਡੇ ਵਰਗੇ ਲੋਕ ਆਪਣਾ ਟੈਸਟ ਕਰਵਾਉਣ ਆਏ ਔਰ ਇਹਨਾਂ ਨੇ ਵਾਪਸ ਭੇਜ ਦਿੱਤੇ। ਇਹ ਕਰਤੂਤਾਂ ਆ ਸਰਕਾਰ ਦੀਆਂ, ਪ੍ਰਬੰਧ ਆ ਨਜਿੱਠਣ ਦੇ। ਅਸੀਂ ਲੋਕ ਇਟਲੀ ਵਾਲਿਆਂ ਦਾ ਤਾਂ ਮਜ਼ਾਕ ਉਡਾਉਂਦੇ ਆ, ਉਹਨਾਂ ਨੇ ਤਾਂ ਫੇਰ ਵੀ ਜਿਹੜਾ ਆ ਬਹੁਤ ਹੱਦ ਤੱਕ ਕੰਟਰੋਲ ਕੀਤਾ, ਲੋਕਾਂ ਨੂੰ ਜਿਹੜਾ ਬਹੁਤ ਫੈਸਿਲਿਟੀਜ਼ ਦੇ ਰਹੇ। ਔਰ ਆਹ ਦੇਖ ਲਓ ਸਾਡੇ ਸਰਕਾਰੀ ਹਸਪੀਟਲਸ ਦੇ ਹਾਲ। ਕਹਿੰਦੇ ਜੀ ਇੱਥੋਂ ਟੈਸਟ ਨਹੀਂ ਹੋਣਾ, ਅੰਮ੍ਰਿਤਸਰ ਹੋ ਰਹੇ ਆ। ਈਵਨ ਦੈਟ ਕੀ ਕਹਿੰਦੇ ਜਲੰਧਰ ਸਿਵਲ ਚ ਵੀ ਨਹੀਂ, ਇਹ ਤਾਂ ਫਿਰ ਵੀ ਇੱਕ ਕਸਬਾ ਆ, ਠੀਕ ਹੈ, ਬਲਾਕ ਇੱਕ, ਇੱਥੇ ਨਹੀਂ ਹੋ ਰਿਹਾ। ਇਹਨਾਂ ਨੇ ਸਾਨੂੰ ਇਹ ਵੀ ਗੱਲ ਕਹੀ, ਕਹਿੰਦੇ ਇੱਥੇ ਨਹੀਂ ਹੋਣਾ ਟੈਸਟ, ਤੁਸੀਂ ਕਹਿੰਦੇ ਜਲੰਧਰ ਸਿਵਲ ਦੇ ਵਿੱਚ ਵੀ ਨਹੀਂ ਕਹਿੰਦੇ ਹੋ ਰਿਹਾ ਟੈਸਟ। ਬੱਲੇ ਤੁਹਾਡੇ ਸਰਕਾਰੋ, ਲੋਕੀ ਮਤਲਬ ਕਿ ਬਿਮਾਰੀ ਦੇ ਨਾਲ ਮਰ ਜਾਣ, ਲੇਕਿਨ ਤੁਹਾਡੇ ਕੋਲ ਇੱਕ ਟੈਸਟ ਕਰਨ ਦੇ ਲਈ ਡਾਕਟਰਸ, ਤੁਹਾਡੇ ਕੋਲ ਟੈਸਟ ਕਰਨ ਦੇ ਲਈ ਮਸ਼ੀਨਸ, ਤੁਹਾਡੇ ਕੋਲ ਟੈਸਟ ਕਰਨ ਲਈ ਡਿਪਾਰਟਮੈਂਟ, ਔਰ ਤੁਹਾਡੇ ਕੋਲ ਕੋਈ ਵੀ ਹੈਲਥ ਫੈਸਿਲਿਟੀਜ਼ ਨਾਟ ਅਵੇਲੇਬਲ ਹੈ।
ਕਰਤਾਰਪੁਰ ਸਿਵਲ ਹਾਸਪਿਟਲ, ਇਹ ਹਾਲ ਹੈ। ਅਸੀਂ ਆਈਆਂ, ਮੇਰੇ ਮੰਮੀ ਉਹ ਖੜੇ ਆ, ਮੈਨੂੰ ਮਤਲਬ ਵੈਸੇ ਤਾਂ ਕੋਈ ਨਹੀਂ ਸੀਗੀ ਐਡੀ, ਲੇਕਿਨ ਉਹਨਾਂ ਦਾ ਗਲੇ ਚ ਦੋ ਤਿੰਨ ਦਿਨ ਤੋਂ ਪ੍ਰੋਬਲਮ ਸੀਗੀ, ਤੇ ਹੁਣ ਉਹਨਾਂ ਨੇ ਮਨਾ ਕੀਤਾ, ਕਹਿੰਦੇ ਪੁੱਤਰ ਆਇਆਂ ਦੇ ਛੱਡ ਪਰਾਂ ਮੰਮੀ। ਲੇਕਿਨ ਮੈਂ ਲਾਈਵ ਹੋਣ ਦਾ ਮੇਨ ਮਕਸਦ ਆ ਕਿ ਜਿੱਦਾਂ ਮੈਂ ਆਪਣੇ ਏਰੀਏ ਦੀ ਗਰਾਉਂਡ ਰਿਪੋਰਟ ਲਈ ਹੈ ਨਾ, ਦੇਖੇ ਇੱਥੇ ਆ ਕਿ ਆਹ ਕੁਛ ਹੋ ਰਿਹਾ, ਤੁਸੀਂ ਵੀ ਜਾ ਕੇ ਦੇਖੋ ਕੱਲ ਨੂੰ ਨਾ, ਮਤਲਬ ਇਹਨਾਂ ਇਸ ਗੱਲ ਨੂੰ ਜੇ ਇਹ ਵਾਇਰਸ ਬਹੁਤ ਜ਼ਿਆਦਾ ਫੈਲ ਜਾਂਦਾ ਹੈ, ਕੀ ਤੁਹਾਡੀ ਮਤਲਬ ਸੇਫਟੀ ਆ, ਕਿੱਥੇ ਤੋਂ ਕਿੱਥੋਂ ਤੁਹਾਨੂੰ ਇਹ ਮਤਲਬ ਹੈਲਥ ਫੈਸਿਲਿਟੀਜ਼ ਪ੍ਰੋਵਾਈਡ ਕਰਵਾ ਦੇਣਗੇ। ਕੋਸ਼ਿਸ਼ ਕਰਿਓ ਕਿ ਇਹ ਵੀਡੀਓ ਨੂੰ ਕੈਪਟਨ ਸਰਕਾਰ ਤੱਕ ਔਰ ਹੈਲਥ ਮਿਨਿਸਟਰ ਤੱਕ ਪਹੁੰਚਾਉਣ ਦੀ, ਸ਼ਾਇਦ ਉਹਨਾਂ ਦੇ ਕੰਨ ਖੁੱਲ ਜਾਣ, ਅਲਰਟ ਹੋ ਜਾਣ ਸਾਰੇ ਜਣੇ, ਵੀਡੀਓ ਨੂੰ ਸ਼ੇਅਰ ਕਰ ਦੋ। ਔਰ ਇੱਕ ਵਾਰੀ ਫੇਰ ਹਾਲਾਤ ਦੇਖ ਲਓ ਜੀ, ਹਸਪਤਾਲਾਂ ਦੇ ਕੁਛ ਵੀ ਨਹੀਂ ਹੈਗਾ ਜੀ, ਇੱਥੇ ਕੋਈ ਬੈੱਡ, ਕੋਈ ਮਤਲਬ ਆਏ ਪੇਸ਼ੈਂਟ ਨੂੰ ਸਿੱਧਾ ਠੋਕ ਕੇ ਜਵਾਬ ਆ, ਇੱਥੇ ਨਹੀਂ ਹੁੰਦਾ ਜੀ ਟੈਸਟ। ਵੀਡੀਓ ਨੂੰ ਸ਼ੇਅਰ ਕਰ ਦਿਓ ਜ਼ਿਆਦਾ ਤੋਂ ਜ਼ਿਆਦਾ, ਤਾਂ ਜੋ ਸ਼ਾਇਦ ਅਲਰਟ ਹੋ ਹੀ ਜਾਵੇ ਡਿਪਾਰਟਮੈਂਟ। ਇਹ ਜ਼ਰੂਰੀ ਨਹੀਂ ਹੈਗਾ ਕਿ ਜਿਹੜੇ ਲੋਕੀ ਬਾਹਰੋਂ ਆਏ ਸਿਰਫ ਉਹਨਾਂ ਦਾ ਟੈਸਟ ਕਰਨਾ, ਜਿਹੜੇ ਲੋਕ ਬਾਹਰੋਂ ਆ ਕੇ ਇੱਧਰ ਲੋਕਾਂ ਦੇ ਨਾਲ ਮਿਲਦੇ ਆ ਨਾ, ਜਾਂ ਉਹਨਾਂ ਨੇ ਮਿਲਿਆ ਬੁਲਾਇਆ ਇੱਕ ਦੂਸਰੇ ਨੂੰ ਜਾਂ ਜੋ ਵੀ ਆ, ਵਟ ਐਵਰ, ਭੀੜ ਵਾਲੀਆਂ ਥਾਵਾਂ ਤੇ ਜਾ ਕੇ ਜੇ ਇੱਕ ਬੰਦੇ ਦੀ ਹੁੰਦੀ ਆ ਇੱਛਾ ਕਿ ਚਲੋ ਮੈਂ ਟੈਸਟ ਕਰਵਾ ਕੇ ਦੇਖ ਲਵਾਂ, ਮੈਂ ਪਿਛਲੇ 3-4 ਦਿਨ ਤੋਂ ਬਿਮਾਰ ਆ, ਤੇ ਇਹ ਜਿਹੜੀ ਗੌਰਮੈਂਟ ਆ ਉਹਨਾਂ ਨੂੰ ਟੈਸਟ ਹੀ ਨਹੀਂ, ਉਹਨਾਂ ਨੂੰ ਟੈਸਟ ਮਤਲਬ ਫੈਸਿਲਿਟੀਜ਼ ਹੀ ਨਹੀਂ ਦੇ ਰਹੀ। ਇੱਕ ਜਸਟ ਟੈਸਟ ਕਰਨ ਦੀ ਵੀ ਫੈਸਿਲਿਟੀ ਹੈ ਨਹੀਂ, ਸੋਚੋ ਜੇ ਮਤਲਬ ਕੋਰੋਨਾ ਵਾਇਰਸ ਲੋਕਾਂ ਨੂੰ ਹੋਇਆ ਤਾਂ ਉਹਦਾ ਇਲਾਜ ਕਿੱਥੋਂ ਕਰਨਗੇ। ਹਾਂਜੀ, ਸਾਰਿਆਂ ਨੂੰ, ਫੇਸਬੁੱਕ ਫੈਮਿਲੀ ਨੂੰ ਜੈ ਭੀਮ, ਜੈ ਭਾਰਤ। ਸਰਕਾਰ ਦੇ ਜਿਹੜੇ ਪ੍ਰਬੰਧ ਆ ਉਹਨਾਂ ਦਾ ਥੋੜਾ ਜਿਹਾ ਜਾਇਜ਼ਾ ਲੈਣ ਦੇ ਲਈ, ਜਾਂ ਕਹਿ ਸਕਦੇ ਮੈਨੂੰ ਖੁਦ, ਮੇਰੀ ਪਿਛਲੇ 3 ਦਿਨ ਤੋਂ ਤਬੀਅਤ ਠੀਕ ਨਹੀਂ ਸੀ, ਔਰ ਮੈਂ, ਤੁਸੀਂ ਸੋਸ਼ਲ ਸਾਈਟਸ ਤੇ ਸਾਰੇ ਪਾਸੇ ਦੇਖਿਆ ਹੋਣਾ,